ਹਾਂਜੀ ਅਸਲਾਮ ਅਲੈਕੁਮ ਜੀ, ਕੀ ਹਾਲ ਚਾਲ ਹੈ? ਠੀਕ ਠਾਕ ਹੋ? ਅਤੇ ਅੱਛਾ ਯਾਰ, ਅਸੀਂ ਨਾ ਚੱਲੇ ਹਾਂ ਮੋਟਰ 'ਤੇ ਨਹਾਉਣ, ਨਾਲ ਮਰੂਸ਼ੂਦ ਖਾਂਦੇ ਹਾਂ ਅਤੇ ਤੁਹਾਨੂੰ ਉੱਥੋਂ ਦਾ ਜਾ ਕੇ ਤੁਹਾਨੇ ਕੀ ਸੂਰਤ ਹੈ? ਉਹ ਸਾਡਾ ਰਾਣਾ ਸਾਹਿਬ, ਰਾਣਾ ਮੁਹੰਮਦ ਹਸਨ ਦੀਰ ਛੁੱਟੀ ਆਇਆ ਇਸਲਾਮਾਬਾਦ ਤੋਂ, ਅਤੇ ਸਾਰੇ ਨੂੰ ਵੈਲਕਮ ਕਰੋ। ਲਓ ਜਨਾਬ, ਅਸੀਂ ਅੱਜ ਜਾ ਰਹੇ ਹਾਂ ਡੇਰੇ 'ਤੇ ਮੋਟਰ 'ਤੇ ਨਹਾਉਣ, ਅਤੇ ਵੇਖੋ ਤੁਸੀਂ ਵਿਊ, ਹਰਿਆਲੀ ਦੇ ਨਾਲ ਉੱਤੇ ਅੱਜ ਬੱਦਲ ਸ਼ਦਲ ਬੰਨੇ ਨੇ, ਹੋ ਸਕਦਾ ਬਾਰਿਸ਼ ਬੁਰਸ਼ ਆ ਜੇ। ਅਤੇ ਡੇਰ 'ਤੇ ਜਾ ਕੇ ਤੁਹਾਨੂੰ ਮਹਾਨੇ ਅੱਗੋਂ ਕੀ ਸੂਰਤ ਹਾਲ ਹੈ, ਕਿਵੇਂ ਦਾ ਮੌਸਮ ਹੈ, ਕਿਵੇਂ ਦਾ ਡੇਰਾ ਸ਼ਰਾਬ ਬਣਿਆ? ਹਾਂਜੀ ਨਾਜ਼ਰੀਨ, ਅਸੀਂ ਮੁੱਠ ਦੇ ਆਏ ਨਹਾਉਣ, ਪਿੱਛੇ ਯੂਸਫ ਸਾਹਿਬ ਨੇ, ਹਸਨ ਸਾਹਿਬ, ਨਮਾਨ ਸਾਹਿਬ, ਠੀਕ ਹੈ। ਇਹ ਡੇਰੀ ਬਣੀ ਹੈ ਡੰਗਰਾਂ ਵਾਲੀ, ਅਤੇ ਲੇਕਿਨ ਇੱਥੇ ਨਾ ਡੰਗਰ ਡੁੰਗਰ ਕੋਈ ਨਹੀਂ ਹੈ, ਅਤੇ ਇਹ ਅਮਰੂਦ ਦੇ ਬੂਟੇ ਵੀ ਲੱਗੇ ਜੇ ਇੱਥੇ, ਠੀਕ ਹੋ ਗਿਆ। ਤੁਹਾਨੂੰ ਮੈਂ ਸਾਰਾ ਇੰਟਰਵਿਊ ਕਰਵਾਉਣਾ, ਸਾਰੀਆਂ ਚੀਜ਼ਾਂ ਵਿਖਾਉਣਾ ਇੱਥੋਂ, ਠੀਕ ਹੈ। ਸਬਜ਼ੀ ਸੁਬਜ਼ੀ ਵੀ ਲੱਗੀ ਹੈ, ਲੇਕਿਨ ਜਿਹੜਾ ਨਾ ਡੇਰਾ ਉੱਜੜ ਗਿਆ ਵੈਸੇ, ਇਹ ਮੱਛੀਆਂ ਦਾ ਫਾਰਮ ਇੰਨਾ ਬਣਾਇਆ ਸੀ, ਇਹ ਵੀ ਕੋਈ ਨਹੀਂ ਰਿਹਾ। ਅਤੇ ਉਸ ਤੋਂ ਬਾਅਦ ਤੁਹਾਨੂੰ ਸਾਰਾ ਇੰਟਰਵਿਊ ਕਰਵਾਉਂਦੇ ਹਾਂ, ਇੰਟਰਵਿਊ ਕਰਵਾਉਣ ਤੋਂ ਬਾਅਦ ਤੁਹਾਨੂੰ ਜਿਹੜਾ ਨਾ ਡੇਰੀ 'ਤੇ ਸੈਰ ਸੂਰ ਵੀ ਕਰਵਾਉਂਦੇ ਹਾਂ। ਲਓ ਬਾਬਾ ਜੀ, ਅਸਨ ਦੀਲ ਅਤੇ ਨੌਮੀ ਸਾਹਿਬ ਦੋਵੇਂ ਨਹਾ ਰਹੇ ਨੇ, ਠੀਕ ਹੈ। ਸਵਿਮਿੰਗ ਪੂਲ, ਜੱਟਾਂ ਦਾ ਸਵਿਮਿੰਗ ਪੂਲ ਇਹਨੂੰ ਕਿਹਾ ਜਾ ਸਕਦਾ, ਉਹ ਉੱਪਰਾਂ ਡੇਰੀ ਬਣੀ ਜੇ। ਅਤੇ ਇਹ ਵੇਖੋ ਤੁਸੀਂ, ਇਹ ਨਾਲ ਲੱਗੇ ਨੇ ਅਮਰੂਦ ਦੇ ਬੂਟੇ, ਵਹਿੰਦੇ ਉੱਤੇ ਬੜੇ ਇੱਥੇ ਪੱਕੇ ਅਮਰੂਦ ਲੱਗੇ ਹਨ, ਅਤੇ ਇਹ ਬੂਟੇ ਜੇ ਅਤੇ ਨਾਲ ਉੱਪਰਾਂ ਡੇਰੀ ਨਜ਼ਰ ਆਉਂਦੀ, ਵੀ ਉਹਦੀ ਵੀ ਸੈਰ ਕਰਾਉਂਦੇ ਹਾਂ। ਬਾਬਾ ਜੀ ਇਹ ਵੇਖੋ ਜੀ, ਇਹ ਯੂਸਫ ਸਾਹਿਬ, ਹਸਨ ਸਾਹਿਬ, ਇਹ ਨਹਾਈਆਂ ਨਹਾਈਆਂ ਕਰ ਰਹੇ ਨੇ। ਉਸ ਤੋਂ ਇਲਾਵਾ ਜੀ ਇਹ ਜਿਹੜਾ ਹੈ ਕੋਈ ਨਹੀਂ, ਅਤੇ ਉਸ ਤੋਂ ਬਾਅਦ ਇਹ ਡੇਰਾ ਜੇ, ਡੇਰੇ 'ਤੇ ਡੰਗਰ ਸ਼ੰਗਰ ਕੋਈ ਨਹੀਂ ਆਇਆ ਉਂਝ, ਠੀਕ ਹੈ। ਹੋਏ ਹੋਏ, ਅਮਰੂਦ ਖਾਧਾ ਅਤੇ ਟਕਾਰਾਂ ਲੱਗ ਪਈਆਂ ਆਉਣ, ਦਿੰਦੇ ਹੋ ਪਏ ਕਿਸੇ ਵਕਤਾਂ 'ਚ ਡੇਰਾ ਬਾਹਰ ਸੀ, ਅਤੇ ਡੇਰੇ ਦੀ ਵਜ੍ਹਾ ਤੋਂ ਨਾ ਇਹਨਾਂ ਪੁਲ ਸ਼ੁਲ ਬਣਾਏ ਅਸੀਂ ਮੱਝਾਂ ਮੁੱਝਾਂ ਵਾਸਤੇ, ਕਿਨ ਮੱਝਾਂ ਮੁੱਝਾਂ ਵੀ ਕੋਈ ਨਹੀਂ ਰਹੀਆਂ। ਅਤੇ ਉਹ ਵੇ ਪੂਲ ਬਿਲਕੁਲ ਸਾਫ਼ ਹੈ ਥੱਲੇ, ਐਡ ਹੀ ਕਿ ਗੋਇਆ ਛੋਇਆ ਹੀ ਹੈ, ਉਹ ਕੋਈ ਚੀਜ਼ ਨਹੀਂ ਹੈ, ਬੜਾ ਸੋਹਣਾ ਸਾਫ਼ ਸੁਥਰਾ ਪਾਣੀ ਹੈ, ਠੀਕ ਹੈ। ਤੁਹਾਨੂੰ ਇਹ ਵਹਾਅ ਵੀ ਛੱਡਣਾ ਮੈਂ, ਵਹਿੰਦੇ ਉੱਤੇ ਬੜਾ ਸੋਹਣਾ ਪੂਲ ਬਣਿਆ। ਉਸ ਤੋਂ ਇਲਾਵਾ ਜੀ ਲਿਆ ਭੇਜ, ਇਹ ਆਇਆ ਜੇ ਅਮਰੂਦ, ਵੇਖੋ ਅਮਰੂਦ ਆਇਆ, ਹੈ ਪੱਕੇ ਅਮਰੂਦ, ਸਾਰੇ ਅਮਰੂਦ ਦੇ ਬੂਟੇ ਲੱਗੇ। ਮੈਂ ਕਿਹਾ ਇਹਨਾਂ ਹੁੱਦੀ ਬਣਾਈ ਸੀ ਇਹ ਆਪਣੇ ਨਹਾਉਣ ਵਾਸਤੇ। ਲਓ ਬਾਬਾ ਜੀ, ਇਹ ਵੇਖੋ ਜਰਾ ਪੂਲ ਦਾ ਪਾਣੀ ਵਿੱਚ ਭਾਵੇਂ ਲਿਆ ਕੇ ਮੱਛੀਆਂ ਛੱਡ ਲਓ, ਹੈ ਟੈਨਸ਼ਨ ਕੋਈ ਨਹੀਂ, ਛਾਂ ਛਾਂ ਵੀ ਹੈ ਵੇ ਇੱਧਰ, ਮੋਟਰ ਤੋਂ ਬਹੁਤ ਨਾਲ ਸਾਈਡ 'ਤੇ ਛਾਂ 'ਤੇ ਪੈ ਜਾਓ, ਇਹ ਸਭਨਾ ਇਹ ਮੱਛੀਆਂ ਦਾ ਫਾਰਮ ਜੇ। ਇਸ ਤੋਂ ਬਾਅਦ ਆ ਵੇਖੋ, ਤਿੰਨੇ ਮੁੰਡੇ ਲੱਗੇ ਨੇ ਸਕੂਨ ਨਾਲ ਅਮਰੂਦ ਖਾਣ, ਇੰਜੋਏ ਕਰਨ, ਹੈ ਅਸੀਂ ਵੀ ਜ਼ਰਾ ਅਮਰੂਦ ਸ਼ਰੂਦ ਖਾ ਕੇ ਇੰਜੋਏ ਵਗੈਰਾ ਕਰਕੇ ਤੁਹਾਨੂੰ ਮਿਲਦੇ ਹਾਂ ਪੂਲ ਦੇ ਵਿੱਚ। ਹਾਂਜੀ ਜਨਾਬ, ਅਸੀਂ ਆਏ ਹਾਂ ਮੋਟਰ 'ਤੇ, ਵੇਖੋ ਤੁਸੀਂ ਲੋਕੇਸ਼ਨ ਸਾਰੀ, ਲੋਕੇਸ਼ਨ ਵੇਖੋ, ਇਹ ਰਾਣਾ ਹਸਨ ਸਾਹਿਬ, ਨਮਾਨ ਸਾਹਿਬ ਜਾਂ ਯੂਸਫ ਸਾਹਿਬ ਨੂੰ ਬੈਠ ਖੜੇ ਆ, ਅਤੇ ਮੈਂ ਇਸ ਟਾਈਮ ਸਿਰਫ ਅੰਡਰਵੇਅਰ ਪਾ ਕੇ ਲਿਖਾ ਰਿਹਾ, ਬਾਕੀ ਕੋਈ ਸ਼ਾਇਦ ਨਹੀਂ ਹੈ, ਬਾਡੀ ਮੇਰੀ ਕੇਸਿੰਗ ਤੁਸੀਂ ਚੈੱਕ ਕਰ ਸਕਦੇ ਹੋ। ਅਤੇ ਪੂਲ ਬੜਾ ਵੱਡਾ, ਜਿਵੇਂ ਮਰਜ਼ੀ ਕਹਿ ਲਓ, ਜਿਵੇਂ ਮਰਜ਼ੀ ਚਾਹੋ, ਜੋ ਮਰਜ਼ੀ ਕਰੋ, ਕੋਈ ਭਾਰ ਕੋ ਨਹੀਂ ਨਾ ਥੱਲੇ ਹੋਇਆ ਨਾ ਸੀ ਨਾ ਰਹੀ ਤੇ ਖਰਾਬ ਕੀਤਾ ਹੀ ਅੱਗੇ ਉਹ ਚੱਲ ਤੂੰ ਗਲਤ ਕਰ ਗੱਲ ਕੀਤੀ ਏ ਅੱਜ ਤੇ ਭਾ ਰਿਹਾ ਹੀ ਉਹਨੂੰ ਖਿਆਲ ਕੀਤਾ ਅੱਗੇ ਮੈਂ ਪੂਰਾ ਥੱਲੇ ਮਾਰਨਾ ਤੂੰ ਨਾ ਜੇ ਇੰਜੋਏ ਇੰਜੋਏ ਆਪਣੇ ਪਛਾਹ ਦੇ ਜਿੰਨਾ ਹੀ ਜਾਂਦਾ ਜੋ। ਲਓ ਜਨਾਬ, ਇੰਜੋਏ ਵਗੈਰਾ ਕਰਕੇ ਟੁਰ ਚੱਲੇ ਹਾਂ ਕਾਰ, ਅਤੇ ਵੀਡੀਓ ਅੱਛੀ ਲੱਗੇ ਤਾਂ ਲਾਈਕ ਕਰੋ, ਸ਼ੇਅਰ ਕਰੋ, ਸਬਸਕ੍ਰਾਈਬ ਕਰੋ, ਠੀਕ ਹੈ। ਦੋਸਤਾਂ ਨਾਲ ਲਾਜ਼ਮੀ ਸ਼ੇਅਰ ਕਰਿਆ ਜੇ, ਆਪਣਾ ਬਹੁਤ ਸਾਰਾ ਖਿਆਲ ਰੱਖਿਆ ਜੇ। ਅੱਲਾ ਹਾਫਿਜ਼। ਚੱਲਦਾ